ਸਰ ਇੱਕ ਤੇ ਹਸਪੀਟਲ ਸਾਡਾ ਜਿਹੜਾ ਹੈ ਨਾ ਇਹ ਬਾਕੀ ਇਲਾਕੇ ਤੋਂ ਨੀਵਾਂ ਹੈਗਾ ਆ, ਇਸ ਕਰਕੇ ਸਾਰਾ ਲਾਗੇ ਛਾਗੇ ਦਾ ਪਾਣੀ ਵੀ ਸਾਡੇ ਹਸਪੀਟਲ ਵਿੱਚ ਹੀ ਆ ਜਾਂਦਾ ਆ। ਦੂਸਰਾ ਨਾ ਇੱਥੇ ਜਿਹੜੇ ਬੋਰ ਹੈਗੇ ਆ ਉਹ ਸੀਵਰ ਪਾਣੀ ਖਿੱਚਦੇ ਨਹੀਂ ਪਏ, ਪੋਸੀਬਲੀ ਕਿ ਉਹਨਾਂ ਦੀ ਸਫਾਈ ਹੋਣ 'ਚ ਡਿਲੇ ਹੋਈ ਆ, ਇਸ ਕਰਕੇ ਪਾਣੀ ਅਜੇ ਤੱਕ ਨਿਕਲਿਆ ਨਹੀਂ ਆ। ਅਦਰਵਾਈਜ਼ ਪਾਣੀ ਆ ਤੇ ਜਾਂਦਾ ਆ ਪਰ ਨਿਕਲ ਵੀ ਜਾਂਦਾ ਹੁੰਦਾ ਹੈ। ਨੁਕਸਾਨ ਤੇ ਹੁੰਦਾ ਹੈ, ਨੁਕਸਾਨ ਸਰ ਇੰਨਾ ਹੈ ਕਿ ਅਸੀਂ ਆਪਣੇ ਸਾਡੇ ਲੇਬਰ ਰੂਮ ਤੱਕ ਪਾਣੀ ਆ ਗਿਆ ਆ, ਤੇ ਸਾਨੂੰ ਹੁਣ ਇਹ ਇਨਸਟਰਕਸ਼ਨਸ ਦਿੱਤੀਆਂ ਨੇ ਕਿ ਉੱਪਰ ਬੈੱਡ ਦੇ ਉੱਪਰ ਤੁਸੀਂ ਪੇਸ਼ੈਂਟ ਨੂੰ ਕਿਸੇ ਨੂੰ ਅਟੈਂਡ ਕਰਨਾ ਆ। ਅਸੀਂ ਆਪਣਾ ਲੜਿੰਦਾ ਜਿਹੜਾ ਰਿਕਾਰਡ ਹੈਗਾ ਆ ਉਹ ਵੀ ਮਤਲਬ ਇੱਥੋਂ ਫਟਾਫਟ ਉੱਪਰ ਲੈ ਗਏ ਸੀਗੇ। ਆਪਣੇ ਉੱਚ ਅਫਸਰਾਂ ਨੂੰ ਦੱਸਿਆ ਇਸ ਬਾਰੇ? ਹਾਂਜੀ ਇੱਥੇ ਹੀ ਸੀਗੇ ਸਰ, 2 ਵਜੇ ਤੋਂ ਬਾਅਦ ਹੀ ਗਏ ਨੇ। SMO ਸਰ ਜਿਹੜੇ ਸਾਡੇ ਡਾਕਟਰ ਸਤਨਾਮ ਸਿੰਘ ਗਏ ਨੇ ਉਹ ਇੱਥੇ ਹੀ ਸੀਗੇ, ਉਹਨਾਂ ਨੇ ਸਾਰੇ ਹਾਲਾਤ ਆਪ ਦੇਖੇ ਨੇ। ਜਿਹੜੇ ਮਰੀਜ਼ ਆ ਰਹੇ ਉਹਨਾਂ ਨੂੰ ਤੇ ਬੜੀ ਮੁਸ਼ਕਲ ਆਉਂਦੀ ਹੋਣੀ। ਹਾਂਜੀ ਸਰ ਮਰੀਜ਼ਾਂ ਨੂੰ ਮੁਸ਼ਕਲ ਆਉਂਦੀ ਹੈ, ਸਾਨੂੰ ਖੁਦ ਨੂੰ ਹੀ ਮੁਸ਼ਕਲ ਆਈ ਹੈ। ਚਾਹੀਦਾ ਕੀ ਇੱਥੇ ਇਸ ਕੰਮ ਨੂੰ ਰੋਕਣ ਵਾਸਤੇ ਕੀ ਕੁਝ ਹੋਣਾ ਚਾਹੀਦਾ? ਸਰ ਚਾਹੀਦਾ ਇਹ ਆ ਕਿ ਜਿਵੇਂ ਪਿੱਛੇ ਜੇ ਨਾ ਇੱਕ ਪਲਾਨ ਆਇਆ ਸੀਗਾ ਕਿ ਆਪਾਂ ਹਸਪੀਟਲ ਬਾਹਰ ਸ਼ਿਫਟ ਕਰਨਾ ਆ, ਇੱਕ ਤੇ ਇਹ ਲੋਕੈਲਿਟੀ ਦੇ ਅੰਦਰ ਹੋਣ ਕਰਕੇ ਨਾ ਇੱਥੇ ਪਹੁੰਚ ਔਖੀ ਹੁੰਦੀ ਆ ਐਂਬੂਲੈਂਸ ਦੀ, ਜੇ ਇਹ ਵਾਰ ਵਾਰ ਹੋਵੇ ਤੇ ਮਰੀਜ਼ਾਂ ਲਈ ਵੀ ਸੌਖਾ ਆ, ਤੇ ਨਾਲੇ ਜੇ ਅਪਡੇਸ਼ਨ ਇਹਦੀ ਹੋ ਜੇ ਤੇ ਉਹ ਬਹੁਤ ਵਧੀਆ ਹੋਊਗਾ। ਫਿਰ ਇਹੋ ਜਿਹੀਆਂ ਪ੍ਰੋਬਲਮਸ ਜਿਹੜੀਆਂ ਅਸੀਂ ਅੱਜ ਫੇਸ ਕਰਨ ਲਏ ਆ ਹੋ ਸਕਦਾ ਆ ਸਾਨੂੰ ਫਿਊਚਰ ਵਿੱਚ ਨਾ ਕਰਨੀਆਂ ਪੈਣ। ਉਹ ਬਾਦਸ਼ਾਹ ਜੀ ਹਸਪਤਾਲ ਬਹੁਤ ਨੀਵਾਂ ਵਾ ਤੇ ਬਾਹਰ 3 ਗੇਟਾਂ ਦਾ ਪਾਣੀ ਸਾਰਾ ਅੰਦਰ ਆ ਕੇ ਵੜਦਾ ਵਾ, ਇਸ ਗੇਟ ਦਾ ਪਾਣੀ ਪੈਂਦਾ, ਉਸ ਦਾ ਵੀ ਪੈਂਦਾ ਵਾ, ਮੇਨ ਦਾ ਵੀ ਪੈਂਦਾ। ਜੇ ਅਸਾਂ ਬਾਰਿਸ਼ ਹੁੰਦੀ ਹੋ ਤਾਂ ਪੂਰੇ ਰੋਡ ਚੱਲਣ ਦੇ। ਤੇ ਹੁਣ ਮੁਸ਼ਕਲ ਆ, ਇਹਦਾ ਹੱਲ ਕੀ ਹੈ ਫਿਰ? ਬਸ ਹੁਣ ਇਹੋ ਹੀ ਆ ਵੀ ਜਦੋਂ ਇਹ ਪਾਣੀ ਲੱਗਦਾ ਵਾ ਤੇ ਵੀ ਜਿਹੜੇ ਬੋਰ ਬਾਰ ਆ ਉਹਨਾਂ ਨੂੰ ਸਾਫ਼ ਸੁਥਰਾ ਕਰਾਉਂਦੇ ਆ। ਮਰੀਜ਼ ਤੇ ਤੰਗ ਹੁੰਦੇ ਹੋਣਗੇ? ਮਰੀਜ਼ ਦੇਖੋ ਜੀ, ਮਰੀਜ਼ ਤੇ ਤੰਗ ਹੁੰਦੇ ਆ। ਤੇ ਹੁਣ ਮੇਰਾ ਪਾਣੀ ਵੀ ਦੇਖੋ ਕਿੱਥੇ ਕਿੱਥੇ ਸਫਾਈ ਪਹਿਲਾਂ ਨਹੀਂ ਕਰਾਈ ਮੀਰ ਤਾਂ? ਨਹੀਂ ਸਫਾਈ ਤੇ ਡਿਲੀ ਆ, ਸਾਡੇ ਹਸਪਤਾਲ ਦੀ ਜਿਹੜੀ ਸਫਾਈ ਹੁੰਦੀ ਹੈ ਨਹੀਂ ਕਰਾਂਗੇ ਕਿਤੇ ਹੋਈ, ਅੱਗੋਂ ਪਿੱਛੇ ਜਦੋਂ ਮਰਜ਼ੀ ਆ ਕੇ ਦੇਖੋ 2 ਟਾਈਮ ਸਫਾਈ ਹੁੰਦੀ ਹੈ। ਆਹ ਸਫਾਈ ਦਾ ਫਿਰ ਆ ਰੂਪ ਜਿਹੜਾ ਅੰਦਰ ਪਾਣੀ ਤੱਕ ਜਾਂਦਾ ਬਹੁਤ ਆ ਤੁਹਾਨੂੰ ਦੱਸੀ ਪ੍ਰੋਬਲਮ ਜਿਹੜੀ ਹੈ। ਤੇ SMO ਸਾਹਿਬ ਨੂੰ ਦੱਸਿਆ ਇਸ ਗੱਲ? SMO ਨਹੀਂ, SMO ਸਾਹਿਬ ਨੂੰ ਨਹੀਂ ਮਿਲ ਰਿਹਾ ਹੈਗਾ। ਸਟਾਫ ਅੱਜ ਕੋਈ ਹੈ ਨਹੀਂ ਇੱਥੇ ਹਸਪਤਾਲ? ਹਾਂ ਲੋਕਾਂ ਪੈਂਦੀ ਆ ਰਹੀ ਹੈ, ਅੱਜ ਉੱਥੇ ਬੈਠੇ ਆ ਕਿ ਅੰਦਰ ਬੜੀ ਸਫਾਈ ਨਹੀਂ ਕਰਿਆ ਜੀ, ਤਾਂ ਜੇ ਉੱਪਰ ਬੈਠੇ ਆ। ਅੱਛਾ ਜੀ, ਆਪ ਕੋ ਪੈਂਦੀ ਆ ਰਹੀ ਆ, ਆਪਾਂ ਇਸ ਯੂਜ ਜਾਣ ਕਰਨੀ ਹੈ। ਉਹਨੇ ਕੋ ਪੇਸ਼ੈਂਟ ਆਇਆ ਸੀਗਾ ਮੈਡੀਕਲ ਲੈ ਕੇ ਝਗੜੇ ਵਾਲੇ, ਉਹਨਾਂ ਤੋਂ ਇਸ਼ਾਰਾ ਕਰਤਾ, ਮੈਂ ਉਹਨੂੰ ਜਾਦੀ ਹੁਣੇ ਪਰਚੇ ਕੱਟ ਕੇ ਗਏ। ਸਰ ਇੱਕ ਤੇ ਹਸਪੀਟਲ ਸਾਡਾ ਜਿਹੜਾ ਹੈ ਨਾ ਇਹ ਬਾਕੀ ਇਲਾਕੇ ਤੋਂ ਨੀਵਾਂ ਹੈਗਾ ਆ, ਇਸ ਕਰਕੇ ਸਾਰਾ ਲਾਗੇ ਛਾਗੇ ਦਾ ਪਾਣੀ ਵੀ ਸਾਡੇ ਹਸਪੀਟਲ ਵਿੱਚ ਹੀ ਆ ਜਾਂਦਾ ਆ। ਦੂਸਰਾ ਨਾ ਇੱਥੇ ਜਿਹੜੇ ਬੋਰ ਹੈਗੇ ਆ ਉਹ ਸੀਵਰ ਪਾਣੀ ਖਿੱਚਦੇ ਨਹੀਂ ਪਏ, ਪੋਸੀਬਲੀ ਕਿ ਉਹਨਾਂ ਦੀ ਸਫਾਈ ਹੋਣ 'ਚ ਡਿਲੇ ਹੋਈ ਆ, ਇਸ ਕਰਕੇ ਪਾਣੀ ਅਜੇ ਤੱਕ ਨਿਕਲਿਆ ਨਹੀਂ ਆ। ਅਦਰਵਾਈਜ਼ ਪਾਣੀ ਆ ਤੇ ਜਾਂਦਾ ਆ ਪਰ ਨਿਕਲ ਵੀ ਜਾਂਦਾ ਹੁੰਦਾ ਹੈ। ਨੁਕਸਾਨ ਤੇ ਹੁੰਦਾ? ਨੁਕਸਾਨ ਸਰ ਇੰਨਾ ਹੈ ਕਿ ਅਸੀਂ ਆਪਣੇ ਸਾਡੇ ਲੇਬਰ ਰੂਮ ਤੱਕ ਪਾਣੀ ਆ ਗਿਆ ਆ,